ਆਈਫੋਨ ਕਰਕੇ ਇੱਕ ਲੜਕੇ ਦੇ ਵੱਲੋਂ ਆਪਣੇ ਤਾਏ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੱਸਦੇ ਕਿ ਇਹ ਲੜਕਾ ਜਿਹੜਾ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, ਇਸ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਉਸਨੂੰ ਆਈਫੋਨ ਚਾਹੀਦਾ ਹੈ। ਨਾ ਦੇਣ ਦੀ ਸੂਰਤ ਵਿੱਚ ਉਸਨੇ ਆਪਣੇ ਤਾਏ ਦਾ ਗਲਾ ਘੁੱਟ ਕੇ ਕਤਲ ਕੀਤਾ, ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ। ਦੱਸਦੇ ਕਿ ਇਹ ਲੜਕਾ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ, ਜਿਸ ਦੇ ਦੋਸਤ ਅਕਸਰ ਤਾਨੇ ਮਿਹਣੇ ਮਾਰਦੇ ਰਹਿੰਦੇ ਸੀ ਕਿ ਉਹ ਆਈਫੋਨ ਕਦੋਂ ਲੈ ਕੇ ਆਵੇਗਾ। ਵਾਰ ਵਾਰ ਕਹਿਣ 'ਤੇ ਇਸ ਨੂੰ ਆਈਫੋਨ ਨਹੀਂ ਲੈ ਕੇ ਦਿੱਤਾ ਤਾਂ ਇਸ ਨੇ ਆਪਣੇ ਤਾਏ ਦਾ ਕਤਲ ਕਰ ਦਿੱਤਾ। ਫਿਰ ਉਸਦੇ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਕਢਵਾਏ, ਨਵਾਂ ਆਈਫੋਨ ਲੈ ਆਇਆ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਨੇ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਸੁਧਾਰ ਘਰ ਦੇ ਵਿੱਚ ਭੇਜ ਦਿੱਤਾ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾਹਾ ਵਿਖੇ ਇਹ ਵਾਰਦਾਤ ਸਾਹਮਣੇ ਆਈ। ਇਹ ਨੌਜਵਾਨ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਉਹ ਜਲਦ ਆਈਫੋਨ ਲੈ ਕੇ ਆਵੇਗਾ। ਨਾ ਲੈਣ ਦੇ ਚੱਕਰ ਦੇ ਵਿੱਚ ਇਸਦੇ ਦੋਸਤ ਇਸ ਨੂੰ ਕਮੈਂਟ ਕਰਦੇ ਸੀ ਔਰ ਇਸ ਨੂੰ ਟਿੱਚਣਾ ਕਰਦੇ ਸੀ, ਤਾਂ ਅੱਕ ਕੇ ਇਸ ਨੌਜਵਾਨ ਦੇ ਵੱਲੋਂ ਆਪਣੇ ਤਾਏ ਜਗਰੂਪ ਸਿੰਘ ਦਾ ਕਤਲ ਕੀਤਾ ਗਿਆ, ਜੋ ਕਿ ਨੇੜਲੇ ਪਿੰਡ ਭਾਰੂ ਦਾ ਰਹਿਣ ਵਾਲਾ ਸੀ। ਤਾਂ ਇੱਕ ਨਾਬਾਲਗ ਨੇ ਆਪਣੇ ਹੀ ਤਾਏ ਦਾ ਗਲਾ ਘੁੱਟ ਕੇ ਕਤਲ ਕੀਤਾ, ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤੀ ਹੁਕਮਾਂ ਤਹਿਤ ਨਾਬਾਲਗ ਨੂੰ ਸੁਧਾਰ ਘਰ ਭੇਜ ਦਿੱਤਾ। ਜਦਕਿ ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨਹਿਰ ਦੇ ਵਿੱਚੋਂ ਹਾਲੇ ਤੱਕ ਨਹੀਂ ਮਿਲੀ। ਆਈਫੋਨ ਲੈਣ ਦੇ ਲਈ ਨਾਬਾਲਗ ਨੇ ਆਪਣੇ ਤਾਏ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਇਹ ਨਾਬਾਲਗ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ। ਸਰ, ਕੀ ਮਾਮਲਾ, ਕਿਹੜਾ ਮਰਡਰ ਦਾ, ਕਿੰਨੇ ਚਿਰ 'ਚ ਟਰੇਸ ਕੀਤਾ ਔਰ ਹੈ ਕੀ, ਕਿਉਂ ਨਹੀਂ ਕੀਤਾ ਜੀ? ਇਹ ਸਰ ਜਗਰੂਪ ਸਿੰਘ ਏਲੀਅਸ ਰੂਪਾ ਭਾਰੂ ਪਿੰਡ ਦਾ ਰਹਿਣ ਵਾਲਾ ਸੀ। ਇਹ 23 ਤਰੀਕ ਨੂੰ ਘਰੋਂ ਗਿਆ ਸੀ, ਉਸ ਤੋਂ ਬਾਅਦ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ। ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸਦੇ ਹੀ ਨਾਬਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ 'ਚ ਇਹਦੀ ਲਾਸ਼ ਸੁੱਟ ਦਿੱਤੀ ਹੈ, ਰਾਜਸਥਾਨ ਵੱਡੀ ਨਹਿਰ ਹੈ ਜੋ, ਅਤੇ ਅਸੀਂ ਜਿਹੜਾ ਨਾਬਾਲਗ ਹੈਗਾ ਉਹਨੂੰ ਐਪ੍ਰੀਹੈਂਡ ਕਰ ਲਿਆ ਅਤੇ ਕੋਰਟ 'ਚ ਪੇਸ਼ ਕੀਤਾ ਜੀ। ਕਿਉਂ ਕੀਤਾ, ਕੀ ਕਾਰਨ ਕੀ ਸੀ ਮਰਡਰ ਕਰਨ ਦੇ? ਇਹ ਜੀ ਪਲੱਸ 2 'ਚ ਪੜ੍ਹਦਾ ਸੀ ਬੱਚਾ ਇਹ, ਅਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ, ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤੰਗ ਕਰਦੇ ਸੀ ਪਿਛਲੇ 1-2 ਮਹੀਨਿਆਂ 'ਚੋਂ, ਜਿਵੇਂ ਤਾਨੇ ਮਹੀਨੇ ਦਿੰਦੇ ਸੀ ਵੀ 2 ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ। ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲੈਨ ਕੀਤੀ ਵੀ ਮੇਰੇ ਤਾਏ ਕੋਲ ਪੈਸੇ ਹੁੰਦੇ ਆ, ਇਸ ਕਰਕੇ ਇਹਨੇ ਤਾਏ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਡੈੱਡ ਬੋਡੀ ਹੈ ਜੋ ਨਹਿਰ 'ਚ ਸਿੱਟਤੀ, ਅਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ। ਕਿੰਨੇ ਪੈਸੇ, ਕਿੰਨੇ ਕਢਾਏ ਕੋਈ ਦੱਸਿਆ ਜੀ? ਇਹ ਤਕਰੀਬਨ ਉਹਦੇ ਖਾਤੇ 'ਚ 1,03,000 ਰੁਪਏ ਸੀ, ਜਿਹਦੇ ਵਿੱਚੋਂ ਇਹਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ।